ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਅਰੀ। ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ। ਪਹਿਲਾਂ ਚੋਣਵੀਆਂ ਖਬਰਾਂ। ਪੱਟੀ ਵਿੱਚ ਵਪਾਰੀ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ। ਕਿਸਾਨ ਜਥੇਬੰਦੀਆਂ ਵੱਲੋਂ ਵਿਧਾਨ ਸਭਾ ਸੈਸ਼ਨ ਮੌਕੇ ਮਾਰਚ ਕਰਨ ਦਾ ਫੈਸਲਾ। ਲੁਧਿਆਣਾ ਨਗਰ ਨਿਗਮ ਚੋਣਾਂ ਬੈਂਸ ਨੇ ਚੋਣ ਪ੍ਰਕਿਰਿਆ ਤੇ ਸਵਾਲ ਚੁੱਕੇ। ਜਲੰਧਰ ਨਗਰ ਨਿਗਮ ਵੱਲੋਂ ਅਕਾਲੀ ਆਗੂ ਦਾ ਰੈਸਟੋਰੈਂਟ ਸੀਲ। ਭਾਜਪਾ ਆਗੂ ਦਾ ਘਰ ਢਾਇਆ। ਜੇਤੋ ਕਾਂਡ ਕਸੂਰਵਾਰ। SHO ਨੇ ਬਿਨਾਂ ਸ਼ਰਤ ਮੰਗੀ ਜਨਤਕ ਮਾਫ਼ੀ। ਪ੍ਰਵਾਸੀ ਭਾਰਤੀ ਪੰਜਾਬ ਵਿੱਚ ਕਿਸੇ ਵੀ ਸਾਂਝ ਕੇਂਦਰ ਉੱਤੇ ਸ਼ਿਕਾਇਤ ਦਰਜ ਕਰਵਾ ਸਕਣਗੇ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸਮੇਤ 33 ਮੁਲਜ਼ਮਾਂ ਦੇ ਖਿਲਾਫ਼ ਦੋਸ਼ ਪੱਤਰ ਦਾਇਰ। ਮਾਨੇਸਰ ਜ਼ਮੀਨ ਘੁਟਾਲਾ। ਬਿਲਡਰਾਂ ਨੂੰ ਲਾਭ ਪਹੁੰਚਾਉਣ ਦਾ ਦੋਸ਼। ਕਾਸਗੰਜ ਹਿੰਸਾ ਤੇ ਦਿੱਲੀ ਵਿੱਚ ਸੀਲਿੰਗ ਤੇ ਰਾਜ ਸਭਾ ਵਿੱਚ ਹੰਗਾਮਾ। ਪੰਜਾਬੀ ਮਾਂ ਬੋਲੀ ਸਤਿਕਾਰ ਐਕਸ਼ਨ ਕਮੇਟੀ ਵੱਲੋਂ ਸਰਕਾਰ ਨੂੰ ਚੇਤਾਵਨੀ। 21 ਤੋਂ ਸ਼ੁਰੂ ਹੋਏਗਾ ਪੋਚਾ ਮਾਰ ਮੁਹਿੰਮ। ਰਵਨੀਤ ਬਿੱਟੂ ਨੇ ਆਖਿਆ ਖਿਡਾਰੀਆਂ ਦਾ ਅਪਰਾਧ ਵੱਲ ਜਾਣਾ ਖਤਰਨਾਕ ਰੁਝਾਨ। ਅਤੇ ਕਿਲ੍ਹਾ ਰਾਏਪੁਰ ਦੇ ਮਿੰਨੀ ਓਲੰਪਿਕ ਦਾ ਧੂਮ ਧੜੱਕੇ ਨਾਲ ਆਗਾਜ਼। ਹੁਣ ਖਬਰਾਂ ਦੀ ਵਿਸਥਾਰ। ਜਲੰਧਰ ਵਿਖੇ ਅਕਾਲੀ ਆਗੂ ਦੀ ਵਿਰਾਸਤੀ ਹਵੇਲੀ ਨੂੰ ਨਗਰ ਨਿਗਮ ਵੱਲੋਂ ਸੀਲ ਕਰ ਦਿੱਤਾ। ਅਕਾਲੀ ਆਗੂ ਇਕਬਾਲ ਸਿੰਘ ਢੀਂਡਸਾ ਪਿਛਲੀ ਨਗਰ ਨਿਗਮ ਚੋਣ ਲੜ ਚੁੱਕੇ ਨੇ। ਨਗਰ ਨਿਗਮ ਕੋਲ ਰੈਸਟੋਰੈਂਟ ਨੂੰ ਸੀਲ ਕਰਨ ਦੇ ਵਿਰੋਧ ਵਿੱਚ ਇਤਰਾਜ਼ ਜ਼ਾਹਰ ਕੀਤਾ ਗਿਆ। ਨਗਰ ਨਿਗਮ ਦੀ ਟੀਮ ਨੇ ਸੈਂਟਰਲ ਟਾਊਨ ਵਿੱਚ ਬਣੇ ਭਾਜਪਾ ਆਗੂ ਅਨਿਲ ਸੱਚਰ ਦਾ ਬਣ ਰਿਹਾ ਘਰ ਵੀ ਢਾ ਦਿੱਤਾ ਹੈ। ਭਾਜਪਾ ਆਗੂ ਨੇ ਸਿਆਸੀ ਦਬਾਅ ਦੇ ਦੋਸ਼ ਲਾਏ ਨੇ ਤੇ ਆਖਿਆ ਕਿ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਦੇ ਸਿਆਸੀ ਦਬਾਅ ਕਰਕੇ ਇਹ ਕਾਰਵਾਈ ਕੀਤੀ ਹੈ। ਵਿਧਾਇਕ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਆਖਿਆ ਕਿ ਨਗਰ ਨਿਗਮ ਆਪਣਾ ਕੰਮ ਕਰ ਰਿਹਾ ਤੇ ਅਨਿਲ ਸੱਚਰ ਵੱਲੋਂ ਲਾਏ ਦੋਸ਼ ਬੇਬੁਨਿਆਦ ਨੇ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣਾ ਨਗਰ ਨਿਗਮ ਦੀ ਚੋਣ ਪ੍ਰਕਿਰਿਆ ਤੇ ਸਵਾਲ ਚੁੱਕਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਲੁਧਿਆਣਾ ਨਗਰ ਨਿਗਮ ਦੀਆਂ ਹੋਣ ਵਾਲੀਆਂ ਚੋਣਾਂ ਦੌਰਾਨ ਬਾਹਰਲੇ ਸੂਬਿਆਂ ਦਾ ਅਬਜ਼ਰਵਰ ਲਾਇਆ ਜਾਵੇ ਤੇ ਨਾਲ ਹੀ ਫੌਜ ਤੈਨਾਤ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਨਿਗਮ ਚੋਣਾਂ ਦੌਰਾਨ ਕਾਂਗਰਸ ਕਥਿਤ ਧੱਕੇਸ਼ਾਹੀ ਕਰੇਗੀ ਤੇ ਲੋਕ ਇਨਸਾਫ਼ ਪਾਰਟੀ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਨੇ ਪਹਿਲਾਂ ਜਲੰਧਰ, ਪਟਿਆਲਾ ਤੇ ਅੰਮ੍ਰਿਤਸਰ ਦੀਆਂ ਨਗਰ ਨਿਗਮ ਚੋਣਾਂ ਦੌਰਾਨ ਜਿਸ ਬੂਥਾਂ ਤੇ ਕਥਿਤ ਕਬਜ਼ੇ ਕੀਤੇ ਹੈ ਉੱਥੇ ਕਈ ਬੂਥਾਂ ਤੇ ਫਰਜ਼ੀ ਵੋਟਿੰਗ ਵੀ ਕਰਵਾਈ ਗਈ ਤੇ ਕਾਂਗਰਸ ਪਾਰਟੀ ਨੇ ਸਾਜ਼ਿਸ਼ ਤਹਿਤ ਲੁਧਿਆਣਾ ਦੀਆਂ ਨਗਰ ਨਿਗਮ ਚੋਣਾਂ ਅੱਗੇ ਪਾਈਆਂ ਤੇ ਕਾਂਗਰਸੀ ਆਗੂ ਚੋਣਾਂ ਵਿੱਚ ਗੜਬੜੀ ਕਰਨ ਦੀਆਂ ਸਾਜ਼ਿਸ਼ਾਂ ਘੜ ਰਹੇ ਨੇ। ਨਿੰਦਰ ਕੁਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ। ਨਵੀਂ ਅਪਡੇਟ ਆਈ ਹੈ ਡੇਰਾ ਸਿਰਸਾ ਬਾਰੇ। ਡੇਰਾ ਸਿਰਸਾ ਮੁਖੀ ਦੇ ਮੁੱਦੇ ਤੇ ਖਬਰਾਂ ਨੇ ਕਿ ਡੇਰਾ ਮੁਖੀ ਦੀਆਂ ਸਮੱਸਿਆਵਾਂ ਹੋਰ ਵੀ ਵੱਧ ਗਈਆਂ ਨੇ ਔਰ ਸਾਧੂਆਂ ਨੂੰ ਨਪੁੰਸਕ ਯਾਨੀ ਨਾਮਰਦ ਬਣਾਉਣ ਦੇ ਕੇਸ ਵਿੱਚ ਚਾਰਜਸ਼ੀਟ ਦਾਇਰ ਹੋ ਗਈ ਹੈ। ਗੁਰਮੀਤ ਰਾਮ ਰਹੀਮ ਸਿੰਘ ਇਸ ਨਾਲ ਹੁਣ ਇੱਕ ਹੋਰ ਗੰਭੀਰ ਕੇਸ ਵਿੱਚ ਘਿਰ ਗਏ ਨੇ। ਇਹ ਚਾਰਜਸ਼ੀਟ CBI ਨੇ ਕੋਰਟ ਵਿੱਚ ਦਾਇਰ ਕੀਤੀ ਹੈ। ਹਾਈਕੋਰਟ ਦੇ ਸਖ਼ਤੀ ਭਰੇ ਰਵੱਈਏ ਅਤੇ ਚਾੜ ਚੰਬ ਬਾਅਦ ਹੀ CBI ਨੇ ਅਜਿਹਾ ਕੀਤਾ ਅਤੇ ਹਾਈਕੋਰਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਦਿੱਤੀ ਗਈ ਹੈ। ਭਾਵੇਂ ਅਦਾਲਤੀ ਕੇਸਾਂ 'ਚ ਗੁਰਮੀਤ ਰਾਮ ਰਹੀਮ ਸਿੰਘ ਨੂੰ ਥੋੜ੍ਹੀ ਬਹੁਤ ਰਾਹਤ ਪਿਛਲੇ ਦਿਨੀਂ ਮਿਲੀ ਸੀ, ਉਹ ਇਹ ਸੀ ਕਿ ਗੁਰਮੀਤ ਰਾਮ ਰਹੀਮ ਸਿੰਘ ਪੰਚਕੁਲਾ ਦੇ ਜਿਹੜੀ ਹਿੰਸਾ ਹੋਈ ਸੀ, ਦੰਗੇ ਹੋਏ ਸਨ, ਉਹਦੇ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਨਹੀਂ, ਪਰ ਹੁਣ ਫਿਰ ਵੀ ਇਸ ਕੇਸ ਨਾਲ ਸ਼ਿਕੰਜਾ ਹੋਰ ਕੱਸਿਆ ਜਾਏਗਾ।
ਚੇਤੇ ਰਹੇ ਕਿ ਗੁਰਮੀਤ ਰਾਮਨਿਯਮ ਸਿੰਘ ਵਿਰੁੱਧ ਇਹ ਕੇਸ ਇਸ ਲਈ ਬਣਿਆ ਸੀ ਕਿ ਰੱਬ ਦੀ ਪ੍ਰਾਪਤੀ ਦਾ ਲਾਲਚ ਦੇ ਕੇ ਸਾਧੂ ਨਾਮਰਦ ਕਰ ਦਿੱਤੇ ਗਏ ਸਨ। CBI ਨੇ ਕੋਰਟ ਨੂੰ ਇਹ ਵੀ ਦੱਸਿਆ ਹੈ ਕਿ ਇਸ ਕੇਸ ਵਿੱਚ ਦੋ ਡਾਕਟਰਾਂ ਵਿਰੁੱਧ ਵੀ ਕੇਸ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਜਿਨ੍ਹਾਂ ਡਾਕਟਰਾਂ ਨੇ ਸਾਧੂਆਂ ਦੇ ਆਪਰੇਸ਼ਨ ਕਰਕੇ ਡੇਰੇ ਦੇ ਅੰਦਰ ਹੀ ਨਪੁੰਸਕ ਕਰ ਦਿੱਤਾ ਸੀ। ਪਿਛਲੇ ਦਿਨੀ CBI ਦੀ ਢਿੱਲੀ ਢਿੱਲੀ ਚੱਲ ਰਹੀ ਕਾਰਵਾਈ ਤੋਂ ਕੇਸ ਦੇ ਵਿੱਚ ਹਾਈ ਕੋਰਟ ਜਿਹੜੀ ਹੈ ਉਹ ਦਬਕਾੜੇ ਮਾਰ ਰਹੀ ਸੀ, ਉਹ ਦਬਕਾੜਿਆਂ ਨੇ CBI ਕੱਸ ਦਿੱਤੀ। ਇਸ ਮਾਮਲੇ ਵਿੱਚ ਹਾਈ ਕੋਰਟ 'ਚ ਅਪੀਲ ਹੰਸਰਾਜ ਚੌਹਾਨ ਨੇ ਪਾਈ ਹੈ। ਦੋਸਤੋ, ਹੰਸਰਾਜ ਚੌਹਾਨ ਉਹ ਬੰਦਾ ਹੈ ਜਿਹੜਾ ਸੰਗੀਤਕਾਰ ਸੀ ਔਰ ਰਾਮ ਰਹੀਮ ਸਿੰਘ ਦੀ ਮੰਡਲੀ ਦੇ ਵਿੱਚ ਉਹ ਮਾਡਿਊਲਮ ਜਾਂਦਾ ਸੀ, ਗਾਉਂਦਾ ਵੀ ਸੀ ਔਰ ਇਸ ਵੇਲੇ ਬੜੇ ਦੁਖਦਾਈ ਵਕਤ ਦੇ ਵਿੱਚ ਗੁਜ਼ਰ ਰਿਹਾ। ਉਸ ਦੀਆਂ ਵੀਡੀਓ ਤੁਸੀਂ ਆਮ ਹੀ ਸੋਸ਼ਲ ਸਾਈਟਾਂ ਉੱਤੇ ਦੇਖ ਸਕਦੇ ਹੋ। ਹੰਸਰਾਜ ਚੌਹਾਨ ਜੋ ਡੇਰੇ ਦਾ ਸਾਬਕਾ ਸਾਧੂ ਹੈ, ਚੇਤੇ ਰਹੇ ਕਿ 400 ਸਾਧੂਆਂ ਨੂੰ ਨਮਰਦ ਬਣਾਉਣ ਦੇ ਮਾਮਲੇ ਵਿੱਚ ਹਾਈ ਕੋਰਟ ਦੇ ਇੱਕ ਬੈਂਚ ਯਾਨੀ ਭਾਵ ਸਿੰਗਲ ਜੱਜ ਨੇ ਹੁਕਮ ਦਿੱਤੇ ਸਨ CBI ਜਾਂਚ ਦੇ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਪੁੱਟੀਵਾਲਾ ਵਿਖੇ ਜ਼ਮੀਨੀ ਵਿਵਾਦ ਤੋਂ ਅੱਕੇ ਨੌਜਵਾਨ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜਾਨ ਦੇ ਦਿੱਤੀ। ਨੌਜਵਾਨ ਗੁਰਤੇਜ ਸਿੰਘ ਢਿੱਲੋਂ ਨੇ ਆਪਣੇ ਤਾਏ ਨਾਲ ਚੱਲ ਰਹੇ ਜ਼ਮੀਨੀ ਵਿਵਾਦ ਤੋਂ ਦੁਖੀ ਹੋ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਘਰ ਦੇ ਬਾਹਰ ਜਾ ਕੇ ਉਸਨੇ ਫੇਸਬੁੱਕ 'ਤੇ ਲਾਈਵ ਹੋ ਕੇ ਆਪਣੀ ਗਾਥਾ ਸੁਣਾਈ। 38 ਮਿੰਟ ਦੀ ਇਸ ਵੀਡੀਓ ਬਾਰੇ ਉਸਨੇ ਆਖਿਆ ਕਿ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ, ਇਸ ਲਈ ਉਹ ਖੁਦਕੁਸ਼ੀ ਕਰ ਰਿਹਾ ਹੈ। ਉਸਨੇ ਆਖਿਆ ਕਿ ਉਹ ਰਵੇ ਜਾਂ ਨਾ ਰਵੇ, ਲੇਕਿਨ ਅਦਾਲਤ 'ਤੇ ਪੂਰਾ ਭਰੋਸਾ ਅਤੇ ਪਰਿਵਾਰ ਨੂੰ ਇਨਸਾਫ਼ ਮਿਲੇਗਾ। ਚੰਗਾ ਰੱਬ ਰਾਖਾ ਕਹਿ ਕੇ ਉਸਨੇ ਆਪਣੇ ਲਾਇਸੈਂਸੀ ਰਿਵਾਲਵਰ ਵਿੱਚੋਂ ਖੁਦ ਨੂੰ ਗੋਲੀ ਮਾਰ ਲਈ। ਗੋਲੀ ਦੀ ਆਵਾਜ਼ ਸੁਣ ਕੇ ਪਰਿਵਾਰ ਨੇ ਉਸਨੂੰ ਹਸਪਤਾਲ ਪਹੁੰਚਾਇਆ। ਗੁਰਤੇਜ ਦੇ ਭਰਾ ਗੁਰਭੇਜ ਨੇ ਦੱਸਿਆ ਕਿ ਭੈਣ ਦੇ ਵਿਆਹ ਸਮੇਂ ਕਰਜ਼ੇ ਬਦਲੇ ਉਸਦੇ ਤਾਏ ਨੇ ਉਹਨਾਂ ਤੋਂ ਪਿਤਾ ਤੋਂ ਜ਼ਮੀਨ ਸੰਬੰਧੀ ਕਾਗਜ਼ਾਤ 'ਤੇ ਦਸਤਖਤ ਕਰਾਏ ਸਨ। ਤਾਏ ਨੇ ਆਪਣਾ ਅਸਰ ਰਸੂਖ ਦੀ ਵਰਤੋਂ ਕਰਕੇ ਉਹਨਾਂ ਦੀ ਜ਼ਮੀਨ ਆਪਣੇ ਨਾਂ ਲਵਾ ਲਈ। ਇਸ ਗੱਲ ਤੋਂ ਉਹ ਪਰਿਵਾਰ ਦੁਖੀ ਸੀ। ਪੱਟੀ ਵਿਖੇ ਇੱਕ ਵਪਾਰੀ ਅਜੀਤ ਜੈਨ ਨੂੰ ਲੁੱਟਣ ਆਏ 3 ਵਿਅਕਤੀਆਂ ਨੇ ਅੱਜ ਦਿਨ ਦਿਹਾੜੀ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਤੇ ਨਕਦੀ ਖੋਹ ਕੇ ਫਰਾਰ ਹੋ ਗਏ। ਘਟਨਾ ਦੇ ਰੋਸ ਵਜੋਂ ਪੱਟੀ ਦੇ ਲੋਕਾਂ ਨੇ 3 ਫਰਵਰੀ ਨੂੰ ਅੱਜ ਬੰਦ ਦਾ ਸੱਦਾ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਜ਼ਿਲ੍ਹੇ ਦੇ ਪੁਲਿਸ ਮੁਖੀ ਨੇ ਮੌਕੇ 'ਤੇ ਪੁੱਜੇ ਤੇ ਵਾਰਦਾਤ ਬਾਰੇ ਪੁਲਿਸ ਨੂੰ ਸਖ਼ਤ ਹਦਾਇਤਾਂ ਕੀਤੀਆਂ ਕਿ ਦੋਸ਼ੀ ਨੂੰ ਹਰ ਹਾਲਤ ਵਿੱਚ ਕਾਬੂ ਕੀਤਾ ਜਾਵੇ। ਸਮੂਹ ਜੈਨ ਬਰਾਦਰੀ ਅਤੇ ਪੁਲਿਸ ਖਿਲਾਫ਼ ਨਾਅਰੇ ਲਾਏ ਗਏ ਤੇ ਜੰਮ ਕੇ ਰੋਸ ਪ੍ਰਗਟ ਕੀਤਾ ਗਿਆ। ਸ਼ਹਿਰ ਦੀਆਂ ਵੱਖ ਵੱਖ ਯੂਨੀਅਨਾਂ ਨੇ ਅੱਜ ਪੱਟੀ ਸ਼ਹਿਰ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਖਜ਼ਾਨਾ ਖਾਲੀ ਹੋਣ ਦੇ ਸੰਕਟ ਕਰਕੇ ਪੰਜਾਬ ਦੇ ਮੁਲਾਜ਼ਮ ਤਨਖਾਹ ਤੋਂ ਵਾਂਝੇ ਨੇ। 19 ਲੱਖ ਰੁਪਏ ਬਿਜਲੀ ਦਾ ਬਿੱਲ ਨਾ ਤਾਰਨ ਤੇ UT ਦੇ ਬਿਜਲੀ ਵਿਭਾਗ ਨੇ ਸਿੰਚਾਈ ਵਿਭਾਗ ਪੰਜਾਬ ਸਥਿਤ ਮੁੱਖ ਦਫ਼ਤਰ ਦੀਆਂ 3 ਇਮਾਰਤਾਂ ਦੇ ਬਿਜਲੀ ਦੇ ਕਨੈਕਸ਼ਨ ਕੱਟ ਦਿੱਤੇ। ਚੰਡੀਗੜ੍ਹ ਵਿਖੇ ਕੰਪਿਊਟਰ ਸਮੇਤ ਸਾਰਾ ਸਿਸਟਮ ਬੰਦ ਹੋ ਗਿਆ। ਮੁਲਾਜ਼ਮ ਦਫ਼ਤਰਾਂ ਵਿੱਚੋਂ ਬਾਹਰ ਆ ਗਏ। ਸੈਕਟਰ 18 ਸਥਿਤ ਸਿੰਚਾਈ ਵਿਭਾਗ ਦੇ ਮੁੱਖ ਦਫ਼ਤਰ ਦੀਆਂ 2 ਇਮਾਰਤਾਂ ਹਾਈਡਲ ਭਵਨ ਅਤੇ ਨਵੀਂ ਬਿਲਡਿੰਗ ਵਿੱਚ ਨੇ। ਵਿਭਾਗ ਦਾ ਇੱਕ ਮੁੱਖ ਦਫ਼ਤਰ ਸੈਕਟਰ 17 ਵਿੱਚ ਤੇ ਦਫ਼ਤਰ ਵਿੱਚ 6 ਮੁੱਖ ਇੰਜੀਨੀਅਰ, ਕਈ ਤੇ ਹੋਰ ਵੱਖ ਵੱਖ ਵਿੰਗਾਂ ਦੇ ਅਧਿਕਾਰੀ ਤੇ 800 ਮੁਲਾਜ਼ਮ ਇੱਥੇ ਬੈਠਦੇ ਨੇ। ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਖਿਆ ਕਿ ਪੰਜਾਬ ਵਿੱਚ ਲੋਕ ਪੱਖੀ ਸਕੀਮਾਂ ਦੀ ਸੰਘੀ ਕੋਟੀ ਜਾ ਰਹੀ ਹੈ। ਕਾਂਗਰਸ ਸਰਕਾਰ ਨੇ ਮਾਂ ਖੇਡ ਕਬੱਡੀ ਨੂੰ ਵੀ ਨਹੀਂ ਬਖਸ਼ਿਆ। ਉਹਨਾਂ ਆਖਿਆ ਕਿ ਅਕਾਲੀ ਸਰਕਾਰ ਵੱਲੋਂ ਲਗਾਤਾਰ ਕਬੱਡੀ ਵਿਸ਼ਵ ਕੱਪ ਕਰਵਾ ਕੇ ਪੇਂਡੂ ਖੇਡ ਕਬੱਡੀ ਨੂੰ ਦੁਨੀਆ ਦੇ ਨਕਸ਼ੇ ਤੇ ਲਿਆਂਦਾ ਸੀ, ਪਰ ਹੁਣ ਕਾਂਗਰਸ ਸਰਕਾਰ ਨੇ ਕਬੱਡੀ ਵਿਸ਼ਵ ਕੱਪ ਕਰਾਉਣਾ ਤਾਂ ਦੂਰ, ਜ਼ਿਲ੍ਹਾ ਪੱਧਰ ਤੇ ਨੌਜਵਾਨਾਂ ਦੀਆਂ ਖੇਡਾਂ ਤੇ ਪਾਬੰਦੀ ਲਾ ਦਿੱਤੀ ਹੈ ਤੇ ਸਰਕਾਰ ਵੱਲੋਂ ਪੇਂਡੂ ਟੂਰਨਾਮੈਂਟ ਲਈ ਦਿੱਤੇ ਜਾਂਦੇ ਫੰਡ ਵੀ ਬੰਦ ਕਰ ਦਿੱਤੇ ਨੇ। ਉਹਨਾਂ ਆਖਿਆ ਕਿ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਵਿੱਚ ਕਾਂਗਰਸ ਸਰਕਾਰ ਨੇ ਰਾਜ ਵਿੱਚ ਸ਼ਗਨ ਸਕੀਮ, ਪੈਨਸ਼ਨ ਅਤੇ ਆਟਾ ਦਾਲ ਸਕੀਮ ਨੂੰ ਬੰਦ ਕੀਤਾ। ਉਧਰ ਪੰਜਾਬ ਦੀਆਂ 7 ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਦੀ ਸੂਬਾ ਪੱਧਰੀ ਲੀਡਰਸ਼ਿਪ ਦੀ ਮੀਟਿੰਗ ਵਿੱਚ ਜਥੇਬੰਦੀਆਂ ਨੇ 7 ਫਰਵਰੀ ਤੱਕ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ਼ ਨਾ ਕਰਨ ਤੇ ਖੇਤੀ ਮੋਟਰਾਂ ਤੇ ਲਾਏ ਜਾਣ ਵਾਲੇ ਮੀਟਰਾਂ ਦਾ ਫੈਸਲਾ ਵਾਪਸ ਲੈਣ
ਨਾ ਲੈਣ ਦੀ ਸੂਰਤ ਵਿੱਚ ਮਾਰਚ ਮਹੀਨੇ ਨੂੰ ਪੰਜਾਬ ਵਿਧਾਨ ਸਭਾ ਦੇ ਹੋਣ ਵਾਲੇ ਸੈਸ਼ਨ ਤੱਕ ਮਾਰਚ ਕਰਨ ਦਾ ਫੈਸਲਾ ਕੀਤਾ ਹੈ। ਅੰਦੋਲਨਕਾਰੀ ਕਿਸਾਨ ਜਥੇਬੰਦੀਆਂ 7 ਫਰਵਰੀ ਨੂੰ 2 ਘੰਟੇ ਲਈ ਸੜਕਾਂ ਜਾਮ ਕਰਨ ਦਾ ਐਲਾਨ ਕਰ ਚੁੱਕੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਉਦਘਾਟਨ ਕਰਦਿਆਂ ਆਖਿਆ ਕਿ ਉੱਤਮ ਵਿਚਾਰਾਂ ਦੇ ਪ੍ਰਗਟਾਵੇ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ, ਜਦਕਿ ਨੀਵੇਂ ਦਰਜੇ ਦੇ ਵਿਚਾਰ ਖੁਦ ਦਫਨ ਹੋ ਜਾਂਦੇ ਨੇ। ਉਹਨਾਂ ਪੰਜਾਬੀ ਦੀ ਅਮੀਰੀ ਦਾ ਇਤਿਹਾਸ ਹਵਾਲਾ ਦਿੰਦਿਆਂ ਕਿਹਾ ਕਿ ਬਾਬਾ ਫਰੀਦ ਤੋਂ ਲੈ ਕੇ ਆਧੁਨਿਕ ਪੰਜਾਬੀ ਸਾਹਿਤ ਨੇ ਕ੍ਰਾਂਤੀਕਾਰੀ ਵਿਚਾਰ ਅਤੇ ਜਾਗਰੂਕਤਾ ਪੈਦਾ ਕੀਤੀ। ਅਣਵੰਡੇ ਪੰਜਾਬ ਵਿੱਚ ਹਿੰਦੂ ਤੇ ਸਿੱਖ ਔਰਤਾਂ ਦੇ ਜੀਵਨ ਵਿੱਚ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਦਾ ਅਹਿਮ ਸਥਾਨ ਸੀ ਤੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਮਗਰੋਂ ਪੰਜਾਬੀ ਦਾ ਕ੍ਰਾਂਤੀਕਾਰੀ ਮੁਹਾਵਰਾ ਹੋਂਦ ਵਿੱਚ ਆਇਆ ਤੇ ਪੁਰਾਤਨ ਕਾਲ ਤੋਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਜਾਂਦਾ ਰਿਹਾ, ਪਰ ਕਈ ਵਾਰ ਸਰਕਾਰਾਂ ਵਿਚਾਰਾਂ ਦੇ ਪ੍ਰਗਟਾਵੇ ਤੋਂ ਖਤਰਾ ਪੈਦਾ ਹੋਣ ਦੇ ਖਦਸ਼ੇ ਕਰਕੇ ਇਹਨਾਂ ਨੂੰ ਦਬਾਉਂਦੀਆਂ ਤੇ ਕਦੇ ਸਮਾਜ ਵਿੱਚੋਂ ਫਿਲਮਾਂ, ਨਾਟਕ ਜਾਂ ਪੇਂਟਿੰਗ ਤੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਕਰਕੇ ਵਿਰੋਧ ਕੀਤਾ ਜਾਂਦਾ ਹੈ। ਜੈਤੋ ਵਿੱਚ 3 ਵਿਦਿਆਰਥੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਰੱਖਣਾ ਤੇ ਉਹਨਾਂ ਦੀ ਕੁੱਟਮਾਰ ਕਰਨ ਮਗਰੋਂ ਪੈਦਾ ਹੋਏ ਵਿਵਾਦ ਤੇ SHO ਗੁਰਮੀਤ ਸਿੰਘ ਵੱਲੋਂ ਜਨਤਕ ਮਾਫ਼ੀ ਮੰਗੀ ਗਈ। ਪੁਲਿਸ ਪ੍ਰਸ਼ਾਸਨ ਅਤੇ ਜ਼ਬਰਦਸਤੀ ਐਕਸ਼ਨ ਕਮੇਟੀ ਦੌਰਾਨ ਮੀਟਿੰਗ ਤੋਂ ਬਾਅਦ ਦੋਹਾਂ ਧਿਰਾਂ ਦਰਮਿਆਨ ਰਾਜੀਨਾਮਾ ਹੋ ਚੁੱਕਾ ਹੈ। ਵਿਦਿਆਰਥੀਆਂ ਦੀ ਕੁੱਟਮਾਰ ਮਗਰੋਂ ਪੈਦਾ ਹੋਏ ਵਿਵਾਦ ਵਿੱਚ ਜੈਤੋ ਦੇ DSP ਨੇ ਕਥਿਤ ਤੌਰ ਤੇ ਖੁਦ ਨੂੰ ਗੋਲੀ ਮਾਰ ਲਈ ਸੀ। ਇਸ ਗੋਲੀ ਨਾਲ ਉਸਦੇ ਗਨਮੈਨ ਦਾ ਵੀ ਜ਼ਖਮੀ ਹੋਣ ਤੋਂ ਬਾਅਦ ਮੌਤ ਹੋ ਗਈ। ਪੁਲਿਸ ਵੱਲੋਂ ਪਹਿਲਾਂ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਨ ਮੌਕੇ ਤੋਂ ਗ੍ਰਿਫਤਾਰ ਕੀਤੇ 4 ਵਿਦਿਆਰਥੀਆਂ ਖਿਲਾਫ਼ ਵੀ ਕਾਰਵਾਈ ਕੀਤੀ ਗਈ ਸੀ। ਜਥੇਬੰਦੀਆਂ ਦੇ ਦਬਾਅ ਪਾਉਣ ਮਗਰੋਂ ਪੁਲਿਸ ਨੇ ਗ੍ਰਿਫਤਾਰ ਵਿਦਿਆਰਥੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ। ਐਕਸ਼ਨ ਕਮੇਟੀ ਨੇ ਪੁਲਿਸ ਦੇ ਜਬਰ ਖਿਲਾਫ਼ 5 ਫਰਵਰੀ ਨੂੰ 5 ਫਰਵਰੀ ਨੂੰ ਜ਼ਿਲ੍ਹਾ ਪੁਲਿਸ ਖਿਲਾਫ਼ ਰੋਸ ਮੁਜ਼ਾਹਰੇ ਦਾ ਐਲਾਨ ਕੀਤਾ ਸੀ। ਪੁਲਿਸ ਮੁਖੀ ਨਾਲ ਮੁਲਾਕਾਤ ਕਰਕੇ ਜਥੇਬੰਦੀਆਂ ਨੇ ਮੀਡੀਆ ਨੂੰ ਦੱਸਿਆ ਕਿ ਕਸੂਰਵਾਰ SHO ਬਿਨਾਂ ਸ਼ਰਤ ਜਨਤਕ ਮਾਫ਼ੀ ਮੰਗੇਗਾ ਤੇ ਪ੍ਰਸ਼ਾਸਨ ਵੱਲੋਂ ਜ਼ਖਮੀ ਵਿਦਿਆਰਥੀਆਂ ਦਾ ਮੁਫ਼ਤ ਇਲਾਜ ਕਰਾਇਆ ਜਾਏਗਾ। ਇਸ ਦੇ ਨਾਲ ਹੀ ਘਟਨਾ ਵਾਲੇ ਦਿਨ ਨੁਕਸਾਨੇ ਗਏ ਵਾਹਨਾਂ ਨੂੰ ਠੀਕ ਕਰਾ ਕੇ ਦੇਣ ਦਾ ਵੀ ਵਾਅਦਾ ਕੀਤਾ ਗਿਆ ਹੈ। SHO ਵੱਲੋਂ ਜਨਤਕ ਤੌਰ ਤੇ ਮਾਫ਼ੀ ਮੰਗ ਲਏ ਜਾਣ ਤੋਂ ਬਾਅਦ ਜ਼ਿਲ੍ਹੇ ਦੇ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਘਟਨਾ ਸੰਬੰਧੀ ਕਿਸੇ ਵੀ ਧਿਰ ਖਿਲਾਫ਼ ਕੋਈ ਮਾਮਲਾ ਦਰਜ ਨਹੀਂ ਕੀਤਾ ਤੇ ਨਾ ਹੀ ਕਿਸੇ ਨੂੰ ਦੋਸ਼ੀ ਨਾਮਜ਼ਦ ਕੀਤਾ ਹੈ। ਪ੍ਰਵਾਸੀ ਪੰਜਾਬੀ ਹੁਣ ਸੂਬੇ ਵਿੱਚ ਕਿਸੇ ਵੀ ਪੁਲਿਸ ਸਾਂਝ ਕੇਂਦਰ ਉੱਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ। ਇਸ ਤੋਂ ਪਹਿਲਾਂ ਸੰਬੰਧਿਤ ਜ਼ਿਲ੍ਹੇ ਵਿੱਚ NRI ਪੁਲਿਸ ਥਾਣੇ ਜਾਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਹੀ ਸ਼ਿਕਾਇਤ ਦਿੱਤੀ ਜਾਂਦੀ ਸੀ। ਉਧਰ ਜਲੰਧਰ ਵਿਖੇ ਕੈਨੇਡਾ ਦੇ ਸ਼ਹਿਰ ਸਰੀ ਦੀ ਰਹਿਣ ਵਾਲੀ ਜਸਵਿੰਦਰ ਕੌਰ ਨੇ ਆਪਣੇ ਤਲਾਕਸ਼ੁਦਾ ਪਤੀ ਨੂੰ ਮਰਵਾਉਣ ਲਈ 2.5 ਲੱਖ ਰੁਪਏ ਦੀ ਫਰੌਤੀ ਦੇਣ ਦੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। ਜਲੰਧਰ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਕਾਬੂ ਕੀਤੇ 2 ਸੁਪਾਰੀਬਾਜ਼ਾਂ ਨੂੰ ਵੀ ਮੀਡੀਆ ਅੱਗੇ ਪੇਸ਼ ਕੀਤਾ ਸੀ। ਜਸਵਿੰਦਰ ਕੌਰ ਨੇ ਸਾਰੇ ਮਾਮਲੇ ਨੂੰ NRI ਪਤੀ ਮੱਖਣ ਸਿੰਘ ਦੀ ਸਾਜ਼ਿਸ਼ ਕਰਾਰ ਦਿੱਤਾ ਹੈ ਤੇ ਦੱਸਿਆ ਕਿ ਮੱਖਣ ਸਿੰਘ ਨੇ ਉਸਨੂੰ ਧੋਖੇ ਵਿੱਚ ਰੱਖ ਕੇ ਵਿਆਹ ਕਰਵਾਇਆ ਤੇ ਆਪਣੇ ਪਹਿਲੇ ਵਿਆਹ ਬਾਰੇ ਉਹਲਾ ਰੱਖਿਆ ਸੀ। ਜਸਵਿੰਦਰ ਕੌਰ ਨੇ ਦੱਸਿਆ ਕਿ ਮੱਖਣ ਸਿੰਘ ਨਾਲ ਉਸਦਾ ਤਲਾਕ ਹੋ ਚੁੱਕਾ, ਬੱਚੇ ਦੀ ਕਸਟਡੀ ਲਈ ਕੇਸ ਚੱਲ ਰਿਹਾ। ਮੱਖਣ ਸਿੰਘ ਹੁਣ ਪੰਜਾਬ ਆ ਕੇ ਤੀਜਾ ਵਿਆਹ ਕਰਵਾ ਰਿਹਾ ਤੇ ਉਸਦਾ 4 ਮਾਰਚ ਨੂੰ ਪੰਜਾਬ ਆਉਣ ਦਾ ਇਰਾਦਾ ਸੀ, ਜਿਸ ਤੋਂ ਡਰਦਿਆਂ ਮੱਖਣ ਸਿੰਘ ਨੇ ਉਸ ਖਿਲਾਫ਼ ਸਾਜ਼ਿਸ਼ ਰਚੀ ਹੈ। ਜਸਵਿੰਦਰ ਕੌਰ ਨੇ ਪੁਲਿਸ ਦੀ ਕਾਰਵਾਈ ਤੇ ਵੀ ਸਵਾਲ ਚੁੱਕਦੇ ਆਖਿਆ ਕਿ ਫਿਲਹਾਲ ਉਸਨੇ ਪੰਜਾਬ ਆਉਣ ਦਾ ਇਰਾਦਾ ਛੱਡ ਦਿੱਤਾ ਕਿਉਂਕਿ ਇੱਥੇ ਉਸਨੂੰ ਇਨਸਾਫ਼ ਦੀ ਉਮੀਦ ਨਹੀਂ। ਦਿਹਾਤੀ ਪੁਲਿਸ ਜਲੰਧਰ ਨੇ ਪ੍ਰੈਸ ਕਾਨਫਰੰਸ ਕਰਕੇ ਕਾਬੂ ਕੀਤੇ 2 ਸੁਪਾਰੀਬਾਜ਼ਾਂ ਨੂੰ ਵੀ ਮੀਡੀਆ ਅੱਗੇ ਪੇਸ਼ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸਾਲ 2015 ਦੌਰਾਨ ਪਾਵਨ ਗ੍ਰੰਥਾਂ ਦੀ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਦੀ ਪੜਤਾਲ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ 250 ਤੋਂ ਵੱਧ ਲੋਕਾਂ ਦੀ ਗਵਾਹੀ ਕਲਮਬੰਦ ਕਰਕੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਇਸ ਸੰਬੰਧੀ ਇੱਕ ਵਫਦ ਜਸਟਿਸ ਰਣਜੀਤ ਸਿੰਘ ਨੂੰ ਮਿਲਿਆ ਤੇ ਇਨਸਾਫ਼ ਦੀ ਮੰਗ ਕੀਤੀ। ਰਾਹੁਲ ਗਾਂਧੀ ਦੀ 63 ਹਜ਼ਾਰੀ ਜਾਕਟ ਦਾ ਰੌਲਾ ਪੈ ਗਿਆ ਸ਼ਿਲੌਂਗ ਤੇ ਨਵੀਂ ਦਿੱਲੀ ਤੋਂ ਰਲੀ ਮਿਲੀ ਖਬਰ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸੰਗੀਤਕ ਪ੍ਰੋਗਰਾਮ ਦੌਰਾਨ ਪਹਿਨੀ ਗਈ ਜਾਕਟ ਉੱਤੇ ਭਾਜਪਾ ਤੇ ਕਾਂਗਰਸ ਮੀਣੋ ਮੀਣੀ ਹੋ ਗਈਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਟ ਬੂਟ ਦੀ ਟਿੱਪਣੀ ਦਾ ਤੋੜ ਲੱਭਦਿਆਂ ਭਾਜਪਾ ਦੇ ਮਘਾਲਿਆ ਇਕਾਈ ਨੇ ਦਾਅਵਾ ਕੀਤਾ ਕਿ ਕਾਂਗਰਸ ਪ੍ਰਧਾਨ ਨੇ ਸ਼ਿਲੌਂਗ 'ਚ ਹੋਏ ਸੰਗੀਤਕ ਪ੍ਰੋਗਰਾਮ ਦੌਰਾਨ 63 ਹਜ਼ਾਰ ਰੁਪਏ ਦੀ ਜੈਕਟ ਪਾਈ ਸੀ।
ਭਾਜਪਾ ਦੀ ਮੇਘਾਲਿਆ ਇਕਾਈ ਨੇ ਟਵੀਟ ਕਰਕੇ ਕਾਲੇ ਧਨ ਵਾਲੀ ਸੂਟ ਪੂਰਤੀ ਸਰਕਾਰ ਆਖ ਕੇ ਤਨਜ਼ ਕੱਸਿਆ। ਟਵੀਟ 'ਚ ਕਿਹਾ ਗਿਆ ਕਿ ਸਾਡੇ ਦੁੱਖਾਂ 'ਤੇ ਗੀਤ ਗਾਉਣ ਦੀ ਬਜਾਏ ਰਾਹੁਲ ਗਾਂਧੀ ਸੂਬਾ ਸਰਕਾਰ ਦਾ ਰਿਪੋਰਟ ਕਾਰਡ ਦੇ ਸਕਦੇ ਸਨ। ਤੁਹਾਡੀ ਇਹ ਉਦਾਸੀਨਤਾ ਸਾਡਾ ਮਜ਼ਾਕ ਉਡਾਉਂਦੀ ਏ। ਪਾਰਟੀ ਨੇ ਬਰਬੈਰੀ ਜੈਕਟ ਦੀ ਤਸਵੀਰ ਵੀ ਟਵਿੱਟਰ 'ਤੇ ਪਾਈ ਅਤੇ ਨਾਲ ਹੀ ਉਸ ਦੀ ਕੀਮਤ $995 ਯਾਨੀ 63,000 ਤੋਂ ਥੋੜ੍ਹੀ ਵੱਧ ਅਟੈਕ ਕੀਤੀ ਏ। ਪਹਾੜੀ ਸੂਬੇ 'ਚ ਚੋਣ ਪ੍ਰਚਾਰ ਲਈ ਆਏ ਰਾਹੁਲ ਗਾਂਧੀ ਨੇ ਆਪਣੀ ਆਲੋਚਨਾ ਤੋਂ ਘਬਰਾਏ ਬਿਨਾਂ ਸ਼੍ਰੀ ਮੋਦੀ 'ਤੇ ਮੁੜ ਸੂਟ ਬੂਟ ਕੀ ਸਰਕਾਰ ਦਾ ਨਾਰਾ ਲਾਇਆ ਏ। ਵੈਨਕੂਵਰ ਤੋਂ ਖਬਰ। ਇਸ ਸਮੇਂ ਅਕਤੂਬਰ ਤੋਂ ਅਪ੍ਰੈਲ ਹਫ਼ਤੇ ਦੌਰਾਨ 4 ਦਿਨ ਚੱਲਣ ਵਾਲੀ ਏਅਰ ਕੈਨੇਡਾ ਦੀ ਵੈਨਕੂਵਰ ਦਿੱਲੀ ਉਡਾਨ 8 ਜੂਨ ਤੋਂ ਸਾਰਾ ਸਾਲ ਉਡਾਨ ਭਰਿਆ ਕਰੇਗੀ। ਇਹ ਜਾਣਕਾਰੀ ਏਅਰਲਾਈਨ ਦੇ ਚੇਅਰਮੈਨ ਬੈਂਜਾਮਿਨ ਸਮਿਥ ਨੇ ਦਿੱਤੀ ਹੈ। ਉਹਨਾਂ ਕਿਹਾ ਕਿ 2.5 ਸਾਲ ਪਹਿਲਾਂ ਤਜਰਬੇ ਵਜੋਂ ਸੀਜ਼ਨਲ ਤੌਰ 'ਤੇ ਸ਼ੁਰੂ ਕੀਤੀਆਂ ਵੈਨਕੂਵਰ ਦਿੱਲੀ ਟੋਰਾਂਟੋ ਦਿੱਲੀ ਅਤੇ ਟੋਰਾਂਟੋ ਮੁੰਬਈ ਸੇਵਾਵਾਂ ਨੂੰ ਲਗਾਤਾਰ ਕਰ ਦਿੱਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਮੌਕੇ ਉਹਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਵਿਚਾਰੇ ਜਾਣ ਵਾਲੇ ਮੁੱਦਿਆਂ 'ਚ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਬਾਰੇ ਵੀ ਚਰਚਾ ਕੀਤੀ ਜਾਏਗੀ। ਇੰਗਲੈਂਡ ਦੇ ਸੈਂਟਰਲ ਲੰਡਨ ਵਿੱਚ ਨੈਸ਼ਨਲ ਸਿੱਖ ਵਾਰ ਮੈਮੋਰੀਅਲ ਬਣਾਉਣ ਲਈ ਪ੍ਰਵਾਸੀ ਪੰਜਾਬੀਆਂ ਦੇ ਯਤਨਾਂ ਨੂੰ ਬੂਰ ਪੈਣ ਲੱਗਿਆ। ਇਹ ਯਾਦਗਾਰ ਬਣਾਉਣ ਲਈ ਸੱਦੀ ਗਈ ਪਹਿਲੀ ਮੀਟਿੰਗ ਵਿੱਚ 3.75 ਲੱਖ ਪਾਉਂਡ ਇਕੱਤਰ ਹੋ ਗਏ ਨੇ ਪ੍ਰਵਾਸੀ ਪੰਜਾਬੀਆਂ ਵੱਲੋਂ। ਪਰ ਇਸ ਹੁੰਗਾਰੇ ਨਾਲ ਪ੍ਰਬੰਧਕਾਂ ਦਾ ਹੌਸਲਾ ਵਧਿਆ ਹੈ। ਇਹ ਜੰਗੀ ਯਾਦਗਾਰ ਉਸਾਰਨ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਏਗਾ। ਖਬਰ ਚੰਡੀਗੜ੍ਹ ਤੋਂ। ਖੇਤਰੀ ਪਾਸਪੋਰਟ ਅਫਸਰ ਯਾਨੀ RPO ਚੰਡੀਗੜ੍ਹ ਸ਼ਿਵਰਾਜ ਕਵੀਦਾਰ ਨੇ ਦੱਸਿਆ ਕਿ ਪਹਿਲਾਂ ਵਾਂਗ ਪਾਸਪੋਰਟ ਦੇ ਅਖੀਰਲੇ ਪੰਨੇ 'ਤੇ ਪ੍ਰਿੰਟਿੰਗ ਕਰਨ ਦੀ ਪ੍ਰਥਾ ਜਾਰੀ ਰਹੇਗੀ। ਉਹਨਾਂ ਸਪਸ਼ਟ ਕੀਤਾ ਕਿ ਹੁਣ ECR ਸਟੈਟਸ ਵਾਲੇ ਵਿਅਕਤੀਆਂ ਦੇ ਪਾਸਪੋਰਟ ਸੰਤਰੀ ਰੰਗ ਜਾਰੀ ਨਹੀਂ ਕੀਤੇ ਜਾਣਗੇ, ਜਿਸ ਬਾਰੇ ਮੁੱਖ ਦਫ਼ਤਰ ਤੋਂ ਹਦਾਇਤਾਂ ਮਿਲ ਗਈਆਂ। ਸ਼ਿਵਾਚ ਨੇ ਦੱਸਿਆ ਕਿ ਵਿਦੇਸ਼ ਵਿਭਾਗ ਨੇ ਇਹ ਨਵੇਂ ਫੈਸਲੇ 29 ਜਨਵਰੀ ਨੂੰ ਕੀਤੇ ਨੇ ਜੋ ਲਾਗੂ ਕਰ ਦਿੱਤੇ ਗਏ ਆ। ਇਸ ਤਹਿਤ ਮੌਜੂਦਾ ਪ੍ਰਕਿਰਿਆ ਅਨੁਸਾਰ ਪਾਸਪੋਰਟ ਦੇ ਅਖੀਰਲੇ ਪੰਨੇ 'ਤੇ ਪ੍ਰਿੰਟਿੰਗ ਕਰਨ ਦੀ ਪ੍ਰਥਾ ਬਰਕਰਾਰ ਰਹੇਗੀ। ਹਰਿਆਣਾ ਦੇ ਮਾਨੇਸਰ ਜ਼ਮੀਨ ਘੁਟਾਲੇ ਵਿੱਚ CBI ਵੱਲੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਮੇਤ ਕੁਝ ਬਿਲਡਰਾਂ ਸਣੇ 33 ਲੋਕਾਂ ਦੇ ਖਿਲਾਫ ਪੰਚਕੂਲਾ ਸਥਿਤ CBI ਦੀ ਵਿਸ਼ੇਸ਼ ਅਦਾਲਤ ਵਿੱਚ ਦੋਸ਼ ਪੱਤਰ ਦਾਇਰ ਕੀਤਾ। ਇਸ ਵਿੱਚ ਭ੍ਰਿਸ਼ਟਾਚਾਰ, ਧੋਖਾਧੜੀ ਅਤੇ ਸਾਜਿਸ਼ ਰਚਣ ਦੇ ਦੋਸ਼ ਲਾਏ ਗਏ ਨੇ। ਇਹ 400 ਪੰਨਿਆਂ ਦੇ ਦੋਸ਼ ਪੱਤਰ, ਜਿਸ ਨਾਲ 1000 ਦਸਤਾਵੇਜ਼ ਲਾਏ ਗਏ ਸਨ। ਉਨ੍ਹਾਂ ਵਿੱਚ ਦੋਸ਼ ਲਾਇਆ ਕਿ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਕਾਰਜਕਾਲ ਵਿੱਚ ਸੈਂਕੜੇ ਏਕੜ ਜ਼ਮੀਨ ਐਕਵਾਇਰ ਕਰਨ ਦੇ ਡਰਾਵੇ ਨਾਲ ਬਿਲਡਰਾਂ ਨੂੰ ਗਲਤ ਢੰਗ ਨਾਲ ਖਰੀਦਣ ਦਾ ਮੌਕਾ ਦਿੱਤਾ ਗਿਆ। CBI ਟੀਮ ਨੇ ਦਸਤਾਵੇਜ਼ਾਂ ਨਾਲ ਭਰੀਆਂ 2 ਅਲਮਾਰੀਆਂ ਲੈ ਕੇ ਪੰਚਕੂਲਾ ਸਥਿਤ CBI ਅਦਾਲਤ ਵਿੱਚ ਪਹੁੰਚ ਕੀਤੀ। ਉੱਤਰ ਪ੍ਰਦੇਸ਼ ਦੇ ਕਾਸਗੰਜ ਵਿੱਚ ਫਿਰਕੂ ਝੜਪਾਂ ਅਤੇ ਦਿੱਲੀ ਵਿੱਚ ਤਾਲਾਬੰਦੀ ਵਿਰੁੱਧ ਰਾਜ ਸਭਾ ਵਿੱਚ ਜ਼ੋਰਦਾਰ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਪ੍ਰਦਰਸ਼ਨ ਕਰਕੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ। ਸਮਾਜਵਾਦੀ ਪਾਰਟੀ ਦੇ ਮੈਂਬਰਾਂ ਨੇ ਕਾਸਗੰਜ ਹਿੰਸਾ ਦਾ ਮਾਮਲਾ ਚੁੱਕਿਆ, ਜਦਕਿ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਅਤੇ ਕਾਂਗਰਸ ਮੈਂਬਰਾਂ ਨੇ ਦਿੱਲੀ ਵਿੱਚ ਤਾਲਾਬੰਦੀ ਵਿਰੁੱਧ ਮੁਜ਼ਾਹਰਾ ਕੀਤਾ। ਜਿਵੇਂ ਹੀ ਸਦਨ ਦੀ ਕਾਰਵਾਈ ਆਰੰਭ ਹੋਈ ਤਾਂ ਸਮਾਜਵਾਦੀ ਪਾਰਟੀ ਦੇ ਮੈਂਬਰ ਕਾਸਗੰਜ ਹਿੰਸਾ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਉਪ ਚੇਅਰਮੈਨ PG ਕੋਰੀਅਨ ਦੇ ਆਸਣ ਸਾਹਮਣੇ ਆ ਗਏ। ਕੇਂਦਰ ਦੀ ਕੌਮੀ ਸਿਹਤ ਸੁਰੱਖਿਆ ਯੋਜਨਾ ਪੰਜਾਬ ਸਰਕਾਰ ਦੇ ਗਲੇ ਤੋਂ ਥੱਲੇ ਨਹੀਂ ਉੱਤਰ ਰਹੀ। ਸੂਬਾ ਸਰਕਾਰ 60-40 ਦੇ ਅਨੁਪਾਤ ਅਨੁਸਾਰ ਮੈਚਿੰਗ ਗ੍ਰਾਂਟ ਪਾ ਕੇ ਯੋਜਨਾ ਪੰਜਾਬ ਵਿੱਚ ਲਾਗੂ ਕਰਨ ਦੇ ਹੱਕ ਵਿੱਚ ਨਹੀਂ। ਸਿਹਤ ਵਿਭਾਗ ਨੂੰ ਰਾਜ ਵਿੱਚ ਸ਼ੁਰੂ ਕੀਤੀ ਜਾਣ ਵਾਲੀ ਯੂਨੀਵਰਸਲ ਸਿਹਤ ਬੀਮਾ ਯੋਜਨਾ ਇਸ ਨਾਲੋਂ ਕਿਤੇ ਬਿਹਤਰ ਲੱਗ ਰਹੀ ਹੈ। 82ਵੀਆਂ ਕਿਲ੍ਹਾ ਰਾਏਪੁਰ ਖੇਡਾਂ ਧੂਮ ਧੜੱਕੇ ਨਾਲ ਸ਼ੁਰੂ ਹੋ ਗਈਆਂ। ਕੁੱਤਿਆਂ ਦੀ ਦੌੜਦੇ ਹੋਏ ਮੁਕਾਬਲੇ ਵਿੱਚ ਗੁਰਦੇਵ ਸਿੰਘ ਗੁੱਜਰਵਾਲ ਦੀ ਕੁੱਤੀ ਲੀਜ਼ਾ ਨੇ ਪਹਿਲਾ, ਜਦਕਿ ਹਰਜੀਤ ਸਿੰਘ ਦੇ ਕੁੱਤੇ ਨੂੰ ਦੂਜਾ ਸਥਾਨ ਮਿਲਿਆ। ਬੈਲਗੱਡੀਆਂ, ਘੋੜਿਆਂ ਅਤੇ ਖੱਚਰਾਂ ਆਦਿ ਦੀਆਂ ਦੌੜਾਂ ਨਾ ਹੋਣ ਕਰਕੇ ਦਰਸ਼ਕਾਂ ਦੀ ਰੌਣਕ ਵਿੱਚ ਕਮੀ ਦੇਖਣ ਨੂੰ ਮਿਲੀ ਹੈ। 1 ਮੀਲ ਸਾਈਕਲ ਰੇਸ ਵਿੱਚ ਲੁਧਿਆਣਾ ਦੇ ਸਾਹਿਲ ਪਹਿਲੇ, ਜਦਕਿ ਪਟਿਆਲਾ ਦੇ ਅਨਮੋਲ ਪ੍ਰੀਤ ਅਤੇ ਗੁਰਕਰਨ ਦੂਜੇ ਤੇ ਤੀਜੇ ਸਥਾਨ ਤੇ ਰਹੇ। ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ, ਕੱਲ ਫਿਰ ਮਿਲਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।